ਤੁਸੀਂ ਸਾਡੇ ਯੂਟਿਊਬ ਚੈਨਲ MHONE ਹੈਪੀ ਸ਼ੇਰ ਨੂੰ ਸਬਸਕ੍ਰਾਈਬ ਕਰਤਾ ਕਰਤਾ ਘੰਟੀ ਘੰਟੀ ਵਜਾਤੀ ਨੋਟੀਫਿਕੇਸ਼ਨ ਦਾ ਭੇਜੋ ਹਲੋ ਬਿੱਲੋ ਯਾਰ ਆ ਗਈ ਕਾਲਾ ਕੁੱਤਾ ਰੱਖ ਲਿਆ ਬਹੁਤ ਸਮਝਦਾਰ ਕੁੱਤਾ ਹੈਪੀ ਬਹੁਤ ਸਮਝਦਾਰ ਕੁੱਤਾ ਹੈਪੀ ਮੈਨੂੰ ਗੱਲ ਸੁਣਾ ਰਹੀ ਹੈ ਕੁੱਤਾ ਉਹਨੂੰ ਕਹਿ ਰਹੀ ਹੈ ਕਾਲੂ ਇੱਧਰ ਆ ਇੱਥੇ ਬਹਿ ਜਾ ਵੈਰੀ ਗੁੱਡ ਸ਼ੇਰੂ ਇੱਧਰ ਆ ਇੱਥੇ ਬਹਿ ਜਾ ਇੱਥੇ ਠੀਕ ਆ ਕਾਲੂ ਚਲੋ ਉਹ ਵਾਲੀ ਬਾਲ ਲੈ ਕੇ ਆਓ ਜਾਓ ਜਾਓ ਵੈਰੀ ਗੁੱਡ ਸ਼ੇਰੂ ਚਲੋ ਉਹ ਵਾਲੀ ਬਾਲ ਲੈ ਕੇ ਆ ਆ ਕਾਲੂ ਲੈ ਤਾਂ ਆਇਆ ਦੂਜੇ ਵਾਲੀ ਬਾਲ ਤੂੰ ਲੈ ਆ ਉਹ ਬਾਲ ਥੋੜੀ ਹੈ ਉਹ ਤਾਂ ਫੁੱਟਬਾਲ ਹੈ ਤੂੰ ਲੈ ਆ ਮੈਂ ਨਹੀਂ ਲੈ ਕੇ ਆਉਂਦਾ ਹਾਂ ਮੇਰੀ ਬੇਇੱਜ਼ਤੀ ਕਰੀ ਜਾਂਦਾ ਕਾਲੂ ਸ਼ੇਰੂ ਨੂੰ ਹੈਲੋ ਕਰੋ ਮੈਨੂੰ ਲੱਗਦਾ ਕਨਫਿਊਜ਼ ਹੋ ਗਿਆ ਕਾਲੂ ਕਿ ਦੋਵਾਂ ਚੋਂ ਸ਼ੇਰੂ ਕੌਣ ਹੈ ਹੈ ਕਾਲੂ ਸ਼ੇਰੂ ਕੁੱਤੇ ਨੂੰ ਹੈਲੋ ਕਰੋ ਭਾਜੀ ਕਰ ਲੋ ਹੈਲੋ ਤੁਹਾਡਾ ਵੀਰ ਕਦੋਂ ਦਾ ਹੱਥ ਕੱਢੀ ਖੜਾ ਹੈ ਕਾਲੂ ਹੈਲੋ ਭਾਜੀ ਇੱਧਰ ਤੁਸੀਂ ਹੈਲੋ ਮਿਲੋ ਯਾਰ ਬ੍ਰੇਕਫਾਸਟ ਕਰ ਰਹੀ ਹੈ ਹਾਂ ਹੈਪੀ ਭੁੱਖ ਬਹੁਤ ਲੱਗੀ ਹੋਈ ਸੀ ਰਾਤੀ ਡਿਨਰ ਵੀ ਨਹੀਂ ਕੀਤਾ ਅੱਛਾ ਰਾਤ ਵਾਲਾ ਡਿਨਰ ਹੀ ਕਰ ਰਹੀ ਹੈ ਹੈ ਨਹੀਂ ਜੀ ਬ੍ਰੇਕਫਾਸਟ ਮੈਂ ਫਰੈਸ਼ ਬਣਾਇਆ ਹੈ ਯਾਰ ਫੇਰ ਰਾਤ ਵਾਲੀ ਦਾਲ ਰੋਟੀ ਸਾਨੂੰ ਗਰਮ ਕਰਕੇ ਦੇ ਦੇ ਅਸੀਂ ਖਾ ਲੈਨੇ ਆ ਉਹ ਤਾਂ ਬਾਸੀ ਹੈ ਹੈਪੀ ਉਹ ਤਾਂ ਮੈਂ ਕੁੱਤੇ ਨੂੰ ਪਾਉਣੀ ਹੈ ਕੁੱਤੇ ਨੂੰ ਪਾ ਦੇ ਕੁੱਤੇ ਨੇ ਕਿਹੜਾ ਨਾ ਕੀਤੀ ਹੈ ਕਿਉਂ ਪਾਜੀ ਹੈ ਹਾਂ ਹਾਂ ਬਿਲਕੁਲ ਯਾਰ ਬਾਅਦ ਚ ਅੱਧੇ ਦੀ ਕਰ ਲਾਂਗੇ ਪਾਜੀ ਰੋਟੀ ਕੁੱਤੇ ਦੀ ਹੈ ਨਹੀਂ ਯਾਰ ਕਣਕ ਦੀ ਰੋਟੀ ਹੈ ਕਣਕ ਦੀ ਰੋਟੀ ਕੁੱਤੇ ਨੂੰ ਪਾਉਣੀ ਹੈ ਨਹੀਂ ਯਾਰ ਹੈਪੀ ਨੂੰ ਪਾਉਣੀ ਹੈ ਹੈਪੀ ਕਿਹੜਾ ਕੁੱਤਾ ਕੁੱਤਾ ਦਾ ਸ਼ੇਰੂ ਹੈ ਨਹੀਂ ਯਾਰ ਮੈਂ ਵੀ ਕੁੱਤਾ ਹੀ ਆ ਐ ਕਿਵੇਂ ਕੁੱਤਾ ਮੈਂ ਆ ਨਹੀਂ ਯਾਰ ਮੈਂ ਆ ਮੈਂ ਆ ਓਹੋ ਤੁਸੀਂ ਦੋਵੇਂ ਤਾਂ ਬੰਦੇ ਹੋ ਰੋਟੀ ਤਾਂ ਕੁੱਤੇ ਦੀ ਸੀ ਉਹ ਦੇਖੋ ਕੁੱਤੇ ਨੇ ਖਾ ਲਈ ਭਾਜੀ ਆ ਕੀ ਯਾਰ ਕੁੱਤੇ ਨੇ ਰੋਟੀ ਖਾ ਲਈ ਤੂੰ ਮਸਾਲਾ ਪਾਪੜ ਖਾ ਸਾਡੇ ਘਰੇ ਆ ਜਾਂਦੀ ਮੈਂ ਗਰੀਬ ਬੱਚਿਆਂ ਨੂੰ ਪੜ੍ਹਾ ਕੇ ਆਈ ਆ ਯਾਰ ਸਾਡੇ ਕਿਹੜਾ ਸ਼ੈਲਰ ਚੱਲਦੇ ਆ ਅਸੀਂ ਵੀ ਗਰੀਬ ਹੀ ਆ ਸਾਨੂੰ ਪੜ੍ਹਾ ਦਿਆ ਕਰ ਠੀਕ ਹੈ ਪੜਾ ਦਿੰਦੀ ਆ ਲਿਆ ਫੜਾ ਕੱਢ ਕਿਤਾਬ ਲੈ 10,000 ਤੂੰ ਤਾਂ ਸੀਰੀਅਸ ਹੀ ਲੈ ਗਈ ਯਾਰ ਹੁਣ ਤੇਰੇ ਨਾਲ ਮਜ਼ਾਕ ਵੀ ਨਹੀਂ ਕਰ ਸਕਦੇ ਓ ਸ਼ਟ ਅਪ ਬੇਬੀ ਹੈਪੀ ਸ਼ੇਰੂ ਕਿੱਥੋਂ ਆ ਰਹੇ ਹੋ ਯਾਰ ਆਪਣਾ ਫੋਟੋ ਫਰੇਮ ਕਰਵਾ ਕੇ ਆ ਰਹੇ ਆ ਕਿਹਦੀ ਦਾਦਾ ਜੀ ਦੀ ਇੱਕ ਮਿੰਟ ਦਿਖਾਇਓ ਫੋਟੋ ਦਾਦਾ ਜੀ ਨਾਲ ਕੌਣ ਹੈ ਯਾਰ ਆਪਣਾ ਸ਼ੇਰੂ ਦੇ ਦਾਦਾ ਜੀ ਨੇ ਬਿੱਲੋ ਬੜਾ ਰੋਬ ਹੈ ਦਾਦਾ ਜੀ ਦਾ ਹਾਂ ਯਾਰ ਕੋਈ ਮੂਹਰੇ ਨਹੀਂ ਸੀ ਬੋਲਦਾ ਬੋਲਣ ਦਾ ਮੌਕਾ ਹੀ ਨਹੀਂ ਸੀ ਦਿੰਦੇ ਯਾਰ ਮਸ਼ਹੂਰ ਪਹਿਲਵਾਨ ਸੀ ਆਪਣੇ ਟਾਈਮ ਦੇ 10 ਬੰਦਿਆਂ ਦੀ ਖੁਰਾਕ ਇਕੱਲੇ ਖਾ ਜਾਂਦੇ ਸੀ ਯਾਰ ਬਹਾਦਰੀ ਦੇ ਬੜੇ ਕਿੱਸੇ ਨੇ ਉਹਨਾਂ ਦੇ ਵੱਲੋਂ 525 ਚੋਰਾਂ ਨੂੰ ਪੁਲਿਸ ਦੇ ਹਵਾਲੇ ਕੀਤਾ ਅਖਬਾਰਾਂ 'ਚ ਬੜੀਆਂ ਫੋਟੋਆਂ ਲੱਗੀਆਂ ਨਾਮ ਹੀ ਬੜਾ ਹੋ ਗਿਆ ਸੀ ਉਹਨਾਂ ਦਾ ਲੋਕਾਂ ਦੇ ਘਰੇ ਜਾਂਦੇ ਬਾਅਦ 'ਚ ਸੀ ਲੋਕੀ ਦੁੱਧ ਦਾ ਕਟੋਰਾ ਪਹਿਲਾਂ ਰੱਖ ਦਿੰਦੇ ਸੀ ਹੈ ਸਾਲਿਆ ਮੈਂ ਆਪਣੇ ਦਾਦ ਦੀ ਗੱਲ ਕਰਾਂ ਤੂੰ ਆਪਣੇ ਦੀ ਕਰੀ ਜਾਂਦਾ ਫੇਸਬੁੱਕ ਤੇ ਕਿੰਨੀ ਦੇਰ ਤੋਂ ਕੋਈ ਸਟੇਟਸ ਹੀ ਨਹੀਂ ਪਾਇਆ ਜੇ ਸਟੇਟਸ ਹੋਊ ਤਾਂ ਹੀ ਉਹ ਪਾਉਂਗੇ ਹੈ ਸ਼ੇਰੂ ਓ ਸ਼ੇਰੂ ਯਾਰ ਇਹ ਤਾਂ ਸੁੱਤਾ ਹੋਇਆ ਫਿਰ ਬੋਲੀ ਕੌਣ ਜਾਂਦਾ ਮੱਛਰ ਬਹੁਤ ਹੈ ਹੈ ਯਾਰ ਆ ਸਟੇਟਸ ਠੀਕ ਹੈ ਤੇਰੀ ਦੇ ਮੱਛਰ ਆਉਣ ਦਾ ਲਾਈਟ ਆ ਮਾਰਿਆ ਐਂਟਰ ਯਾਰ ਕਮੈਂਟ ਵੀ ਆ ਗਿਆ ਕੁੜੀ ਦਾ ਲੱਗਦਾ ਸ਼ੇਰੂ ਕਿੱਥੇ ਹੈ ਜੀ ਸ਼ੇਰੂ ਸੁੱਤਾ ਪਿਆ ਓਕੇ ਟਾਈਟ
ਜੇ ਮੇਰਾ ਕਮੈਂਟ ਲਾਈਕ ਕੀਤਾ ਮੈਂ ਵੀ ਕਰ ਦਿੰਦਾ ਦੋ ਲਾਈਕ ਹੋ ਗਏ ਯਾਰ ਫੇਰ ਲਾਈਕ ਕੀਤਾ ਤਿੰਨ ਹੋ ਗਏ ਮੈਂ ਵੀ ਫੇਰ ਲਾਈਕ ਕਰ ਦਿੰਦਾ ਯਾਰ ਆ ਕੀ ਦੋ ਹੀ ਰਹਿ ਗਏ ਇੱਕ ਕੋਈ ਗਲਤੀ ਨਾਲ ਲਾਈਕ ਕਰ ਗਿਆ ਹੈ ਠੀਕ ਹੈ ਸ਼ੇਰੂ ਓ ਸ਼ੇਰੂ ਸੁੱਤਾ ਹੋਇਆ ਆਹੋ ਠੀਕ ਹੈ ਯਾਰ ਕਨਫਰਮ ਹੀ ਕਰਨਾ ਸੀ ਯਾਰ ਆ ਕੀ ਗੱਲਬਾਤ ਇੱਥੇ ਖਤਮ ਹੋ ਗਈ ਜੀ ਕੁਛ ਚੈਟ ਕਰੋ ਜੀ ਕਿੱਥੇ ਚਲੇ ਗਏ ਜੀ ਤੁਹਾਡੇ ਮੰਮੀ ਆ ਗਏ ਸੀ ਤਾਂ ਆਫਲਾਈਨ ਹੋ ਗਏ ਓਹੋ ਬਾਜੀ ਕਿਉਂ ਰੌਲਾ ਪਾਈ ਜਾਂਦੇ ਹੋ ਹੈ ਯਾਰ ਮੇਰੇ ਨਾਲ ਕੁੜੀ ਚੈਟ ਕਰਦੀ ਕਰਦੀ ਪਤਾ ਨਹੀਂ ਕਿੱਥੇ ਚਲੇ ਗਈ ਤੇਰੇ ਬਾਰੇ ਪੁੱਛ ਰਹੀ ਸੀ ਕਹਿੰਦੀ ਸ਼ੇਰੂ ਕਿੱਥੇ ਹੈ ਤੁਸੀਂ ਕਿਹਾ ਸ਼ੇਰੂ ਸੁੱਤਾ ਹੋਇਆ ਹੋ ਕੇ ਟਾਈਟ ਹਾਂ ਯਾਰ ਉਸ ਤੋਂ ਬਾਅਦ ਕੋਈ ਜਵਾਬ ਹੀ ਨਹੀਂ ਆਇਆ ਬਾਜੀ ਉਹਦਾ ਨੈੱਟ ਪੈਕ ਖਤਮ ਹੋ ਗਿਆ ਹੈ ਤੈਨੂੰ ਕੀ ਪਤਾ ਭਾਜੀ ਇਹ ਵੀ ਫੇਕ ਆਈਡੀ ਮੇਰੀ ਹੈ ਸਾਰੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡੀ ਜਾਂਦਾ ਸ਼ੇਰੂ ਯਾਰ ਅੱਜ ਤੇਰੀ ਤੇ ਮੇਰੀ ਅਖਬਾਰ 'ਚ ਫੋਟੋ ਲੱਗੀ ਹੈ ਪੱਲੀ ਫੋਟੋ ਆ ਕੇ ਖਬਰ ਵੀ ਨਾਲ ਹੈ ਖਬਰ ਵੀ ਹੈਗੀ ਹੈਗੀ ਆ ਸ਼ਹਿਰ ਦੇ ਲੋਕਾਂ ਨੂੰ ਪੌਂਕਣਾ ਸਿਖਾਇਆ ਸ਼ੇਰੂ ਜੀ ਨੇ ਪੂਰੀ ਖਬਰ ਪੜੋ ਬ੍ਰੈਕਟ ਪੱਤਰ ਪ੍ਰੇਰਕ ਬ੍ਰੈਕਟ ਬੰਦ ਰਹਿਣ ਦਿਓ ਤਰੀਫਾਂ ਹੀ ਲਿਖੀਆਂ ਹੋਣਗੀਆਂ ਯਾਰ ਮੈਨੂੰ ਤਾਂ ਅੱਜ ਪਤਾ ਚੱਲਿਆ ਸ਼ੇਰੂ ਮੇਰੇ ਕੋਲ ਐਡਾ ਗੁਣੀ ਕੁੱਤਾ ਬਸ ਭਾਜੀ ਆਸ਼ੀਰਵਾਦ ਹੈ ਤੁਹਾਡਾ ਆਈ ਐਮ ਪ੍ਰਾਊਡ ਆਫ ਯੂ ਸ਼ੇਰੂ ਥੈਂਕ ਯੂ ਭਾਜੀ ਯਾਰ ਫੋਟੋ 'ਚ ਤੂੰ ਮੈਨੂੰ ਪ੍ਰਾਈਜ਼ ਕਿਉਂ ਲਈ ਜਾਂਦਾ ਭਾਜੀ ਫੋਟੋ ਥੱਲੇ ਲਿਖਿਆ ਹੋਇਆ ਯਾਰ ਕੀ ਲਿਖਿਆ ਪੌਂਕਣ ਦੇ ਕੰਪੀਟੀਸ਼ਨ 'ਚ ਪਹਿਲੇ ਨੰਬਰ ਤੇ ਆਏ ਹੈਪੀ ਸਿੰਘ ਨੂੰ ਸਨਮਾਨਿਤ ਕਰਦੇ ਸ਼ੇਰੂ ਜੀ ਸਾਲਾ ਫੋਟੋ ਐਡਿਟ ਕਰ ਕਰ ਲਈ ਜਾਂਦਾ ਸ਼ੇਰੂ ਯਾਰ ਇੱਕ ਮੁੰਡਾ ਕੁੜੀ ਦੇ ਘਰੇ ਜਾਂਦਾ ਭਾਜੀ ਕੀ ਕਹਿੰਦਾ ਹੈ ਕਹਿੰਦਾ ਜੀ ਮੈਂ ਆਪਣਾ ਘਰ ਢਾ ਕੇ ਦੁਬਾਰਾ ਬਣਾਉਣਾ ਜਦੋਂ ਤੱਕ ਘਰ ਨਹੀਂ ਬਣਦਾ ਉਦੋਂ ਤੱਕ ਤੁਸੀਂ ਮੈਨੂੰ ਆਪਣੇ ਘਰੇ ਕਿਰਾਏ ਤੇ ਰੱਖ ਲਓ ਭਾਜੀ ਫੇਰ ਕੁੜੀ ਨੇ ਜਵਾਬ ਦੇਤਾ ਕਹਿੰਦੀ ਅਸੀਂ ਘਰ ਕਿਰਾਏ ਤੇ ਨਹੀਂ ਦਿੰਦੇ ਜਦੋਂ ਤੱਕ ਤੁਹਾਡਾ ਘਰ ਨਹੀਂ ਬਣਦਾ ਉਦਾਂ ਰਹੀ ਜਾਓ ਭਾਜੀ ਫੇਰ ਯਾਰ 2 ਸਾਲ ਤੱਕ ਮੁੰਡਾ ਕੁੜੀ ਦੇ ਘਰੇ ਰਿਹਾ ਜਾਣ ਦਾ ਨਾ ਹੀ ਨਾ ਲਵੇ ਕੁੜੀ ਗੁੱਸੇ ਹੋ ਕੇ ਕਹਿੰਦੀ ਤੇਰਾ ਘਰ ਬਣਿਆ ਨਹੀਂ ਹਲੇ ਤੱਕ ਅਗਲੀ ਨੇ ਕਹਿਣਾ ਹੀ ਹੈ ਫੇਰ ਕੀ ਹੋਇਆ ਬਸ ਜੀ ਬੰਦਾ ਪੈਸੇ ਜੁੜਦੇ ਨਹੀਂ ਹੈਗੇ ਖਰਚ ਹੋ ਜਾਂਦੇ ਆ ਏਦਾਂ ਏਦਾਂ ਕਰੀ ਜਾਵੇ ਯਾਰ 10 ਸਾਲ ਉਹਨੇ ਫੇਰ ਏਦਾਂ ਹੀ ਕੱਢ ਗਏ 10 ਸਾਲ ਭਾਜੀ ਹਾਂ ਯਾਰ ਥੱਕ ਹਾਰ ਕੇ ਕੁੜੀ ਕਹਿੰਦੀ ਜੀ ਤੁਸੀਂ ਇੱਥੇ ਰਹਿ ਲਓ ਬਸ ਮੇਰੇ ਬੱਚਿਆਂ ਦਾ ਧਿਆਨ ਰੱਖਿਓ ਬੱਚੇ ਪਹਿਲਾਂ ਤਾਂ ਹੈ ਨਹੀਂ ਸੀ ਬੱਚੇ ਕਿੱਥੋਂ ਆ ਗਏ ਹੈ ਸਾਲਿਆ ਮਕਾਨ ਨਹੀਂ ਬਣਿਆ ਨਾ ਸਹੀ ਕੋਈ ਚੀਜ਼ ਤਾਂ ਬਣਾਈ ਮੁੰਡੇ ਨੇ ਯਾਰ ਪਿਆਰੇ ਵਿਦਿਆਰਥੀਓ ਅੱਜ ਮੈਂ ਤੁਹਾਨੂੰ ਇਤਿਹਾਸ ਪੜਾਵਾਂਗਾ ਸੁਣੋ ਮੋਟੀ ਮੋਟੀ ਅੱਖ ਤੇਰੀ ਐਬਰੋ ਬਲੈਕ ਤੇਰੀ ਹਿਰਨੀ ਵਰਗੀ ਤੋਰ ਆਈ ਵਾਂਟ ਸੀ ਯੂ ਓਨਲੀ ਐਂਡ ਨਥਿੰਗ ਮੈਨੀ ਮੱਚ ਮੋਰ ਸਰ ਇਹ ਤੁਸੀਂ ਇਤਿਹਾਸ ਪੜਾ ਰਹੇ ਹੋ ਯਾਰ ਹੋਰ ਮੈਂ ਕੋਈ ਫਿਜ਼ਿਕਸ ਪੜਾ ਰਿਹਾ ਗਾ ਇਹ ਤਾਂ ਗਾਣਾ ਗਾ ਯਾਰ ਅੱਜ ਆਇਆ ਅੱਜ ਥੋੜੀ ਆਇਆ ਕੱਲ ਆਇਆ ਸੀ ਕੱਲ ਵੀ ਨਹੀਂ ਆਇਆ ਯਾਰ ਫੇਰ ਮੁੱਦਤਾਂ ਹੋ ਗਈਆਂ ਮੁੱਦਤਾਂ ਮਤਲਬ ਇਤਿਹਾਸ ਹੀ ਹੋ ਗਿਆ ਸਾਲਿਆ ਫਿਰ ਇਤਿਹਾਸ ਹੀ ਪੜਾ ਰਿਹਾ ਸ਼ੇਰੂ ਓ ਸ਼ੇਰੂ ਕਾਹਦਾ ਸ਼ੇਰੂ ਫਸੀ ਪਈ ਆ ਚੱਪਲ ਚ ਡੋਰ ਹੈ ਸ਼ੇਰੂ ਓ ਸ਼ੇਰੂ ਹਾਂ ਬੋਲੋ ਯਾਰ ਟਾਇਲਟ 'ਚ ਕੀ ਕਰ ਰਿਹਾ ਜਿਹੜਾ ਕੁਛ ਤੁਸੀਂ ਕਰਦੇ ਹੁੰਦੇ ਹੋ ਅੱਛਾ ਪਾਣੀ ਪੀ ਰਿਹਾ ਹੈਪੀ ਨਹੀਂ ਓਹੋ
ਐਡਾ ਵਧੀਆ ਰੋਮਾਂਟਿਕ ਸੁਪਨਾ ਦੇਖ ਰਿਹਾ ਸੀ, ਸਾਰਾ ਤੋੜ ਕੇ ਰੱਖਤਾ ਹੈ। ਯਾਰ ਸੁਪਨੇ 'ਚ ਚੁੜੇਲ ਆਈ ਸੀ, ਸੰਨੀ ਲਿਓਨੀ ਆਈ ਸੀ। ਨਾ ਮੇਰੇ ਸੁਪਨੇ 'ਚ ਚੁੜੇਲ ਆਈ ਸੀ। ਕੀ ਕਹਿੰਦੀ? ਕਹਿੰਦੀ ਮੈਂ ਤੇਰਾ ਗਲਾ ਘੋਟ ਦੇਣਾ, ਮੇਰਾ ਗਲਾ ਘੋਟਦਾ, ਮੈਂ ਮਰ ਗਿਆ ਸ਼ੇਰੂ। ਓਹੋ, ਸੁਣ ਕੇ ਬਹੁਤ ਅਫਸੋਸ ਹੋਇਆ ਹੈ। ਹਾਂ ਯਾਰ, ਤੈਨੂੰ ਸੰਨੀ ਲਿਓਨੀ ਕੀ ਕਹਿੰਦੀ? ਕਹਿਣਾ ਕੀ ਆ ਭਾਜੀ, ਕਹਿੰਦੀ ਹੈਪੀ ਮਰ ਗਿਆ, ਮੈਂ ਤਾਂ ਅਫਸੋਸ ਹੀ ਕਰਨ ਆਈ ਸੀ। ਹੈ ਸਾਲਿਆ, ਹੈਪੀ ਮਰਿਆ ਬਿੱਲੋ ਕਰਕੇ, ਸੰਨੀ ਲਿਓਨੀ ਕੀ ਅੰਬ ਲੈਣ ਆਈ ਸੀ? ਯਾਰ ਬਿੱਲੋ, ਅਸੀਂ ਸੁਣਿਆ ਤੂੰ ਨਵੀਂ ਕਾਰ ਲਈ ਹੈ। ਹਾਂ ਹੈਪੀ, ਆਖਿਰ ਕਦੋਂ ਤੱਕ ਪੁਰਾਣੀ ਕਾਰ 'ਚ ਘੁੰਮਦੀ ਰਹਿੰਦੀ? ਭਾਜੀ ਤੁਸੀਂ ਵੀ ਕੁਛ ਬੋਲੋ ਹੈ। ਯਾਰ ਅਸੀਂ ਵੀ ਆ ਨਵਾਂ ਗਧਾ ਲੈ ਲਿਆ। ਕਦੋਂ ਤੱਕ ਪੁਰਾਣਾ ਗਧਾ ਲੈ ਕੇ ਘੁੰਮਦੇ ਰਹਿੰਦੇ ਹੈ? ਪਰ ਹੈਪੀ, ਮੈਨੂੰ ਤਾਂ ਤੇਰਾ ਗਧਾ ਇਹ ਪੁਰਾਣਾ ਜਿਹਾ ਹੀ ਲੱਗਦਾ ਹੈ। ਯਾਰ ਸੈਕਿੰਡ ਹੈਂਡ ਹੈ ਮੈਨੂੰ। 200 ਕਿਲੋਮੀਟਰ ਚੱਲਿਆ ਹੋਇਆ ਬਸ। ਮੇਰੀ ਕਾਰ ਦੀ ਕੰਡੀਸ਼ਨ ਅੱਛੀ ਹੈ, ਬਸ ਥੋੜਾ ਧੂਆਂ ਛੱਡਦੀ ਹੈ। ਸਾਡਾ ਗਧਾ ਜਮਾ ਧੂਆਂ ਨਹੀਂ ਛੱਡਦਾ। ਭਾਜੀ ਸਟਾਰਟ ਕਰਕੇ ਦਿਖਾਇਓ ਹੈ। ਯਾਰ ਕਿੱਥੋਂ ਸਟਾਰਟ ਹੁੰਦਾ? ਪੂੰਛ ਫੜ ਕੇ ਖਿੱਚ ਲਓ। ਠੀਕ ਹੈ ਯਾਰ। ਏ ਸਸਤੀਆਂ ਗੱਡੀਆਂ ਦੀ ਇਹੋ ਬਿਮਾਰੀ ਹੁੰਦੀ ਆ ਭਾਜੀ ਹੈ। ਸ਼ੇਰੂ, ਯਾਰ ਮੈਂ ਤੈਨੂੰ ਹਿਪਨੋਟਾਈਜ਼ ਕਰ ਲਿਆ। ਮੇਰਾ ਨਾਂ ਸ਼ੇਰੂ ਨਹੀਂ ਹੈਗਾ। ਯਾਰ ਵੈਰੀ ਗੁੱਡ, ਕੀ ਨਾਂ ਹੈ ਜੀ ਤੁਹਾਡਾ? ਸ਼ੇਰ ਵੀਰ ਬਹਾਦਰ ਕੌਡੀ ਮੱਲ। ਐਡਾ ਵੱਡਾ ਨਾਂ! ਮੈਂ ਪਿਛਲੇ ਜਨਮ 'ਚ ਰਾਜਾ ਸੀ, ਹਾਥੀ ਮਹਿਲ ਘੋੜੇ ਤੇ 21 ਰਾਣੀਆਂ ਸੀ ਮੇਰੀਆਂ ਹੈਂ। ਇੱਕ ਦਿਨ ਹਾਂਜੀ ਹਾਂਜੀ ਇੱਕ ਦਿਨ ਇੱਕ ਦਿਨ ਮੈਂ ਸਭ ਕੁਛ ਦਾਨ ਕਰਤਾ। ਰਾਣੀਆਂ ਵੀ? ਉਸਤਾਖ, ਇਸ ਦੀ ਤੈਨੂੰ ਸਜ਼ਾ ਮਿਲੇਗੀ। ਮਾਫ ਕਰ ਦਿਓ ਜੀ, ਮਾਫ ਕਰ ਦਿਓ, ਅੱਗੇ ਦੱਸੋ। ਮੈਂ ਜੰਗਲ ਚਲਾ ਗਿਆ। ਉੱਥੇ ਐਸਾ ਕੀ ਪਾਪ ਹੋਇਆ ਕਿ ਇਸ ਜਨਮ 'ਚ ਕੁੱਤੇ ਬਣ ਗਏ? ਮੈਂ ਇੱਕ ਕੁੱਤੇ ਨੂੰ ਲੱਤ ਮਾਰੀ ਤੇ ਉਹ ਮਰ ਗਿਆ। ਹਾਂਜੀ, ਫਿਰ ਯਮਰਾਜ ਕੁੱਤੇ ਦੇ ਨਾਲ ਨਾਲ ਮੈਨੂੰ ਵੀ ਲੈ ਗਿਆ ਤੇ ਮੈਨੂੰ ਸਜ਼ਾ ਮਿਲੀ ਤੇ ਮੈਂ ਕੁੱਤਾ ਬਣ ਗਿਆ। ਕਿਆ ਬਾਤ ਹੈ ਸ਼ੇਰੂ, ਚੱਲ ਹੁਣ ਤੂੰ ਮੈਨੂੰ ਹਿਪਨੋਟਾਈਜ਼ ਕਰਕੇ ਪਤਾ ਕਰ ਮੈਂ ਪਿਛਲੇ ਜਨਮ 'ਚ ਕੀ ਸੀ। ਕਰਨ ਦੀ ਕੀ ਲੋੜ ਹੈ, ਮੈਂ ਉਦਾਂ ਹੀ ਦੱਸ ਦਿੰਦਾ ਤੁਸੀਂ ਕੀ ਸੀ। ਯਾਰ ਕੀ ਸੀ? ਕੁੱਤਾ ਜਿਹਨੂੰ ਮੈਂ ਲੱਤ ਮਾਰੀ ਸੀ। ਸ਼ੇਰੂ, ਓ ਸ਼ੇਰੂ, ਮੈਂ ਦੱਸ ਯਾਰ ਕਿੱਦਾਂ ਲੰਮ ਲੇਟ ਹੋਇਆ ਪਿਆ ਸ਼ੇਰੂ। ਹਾਂ ਹਾਂ, ਕੌਣ ਹੈ, ਕਿੱਥੇ ਹੈ, ਕਿਵੇਂ ਹੈ, ਹੁਣੇ ਦੱਸੋ ਮੈਨੂੰ ਹੈ। ਮੈਂ ਦੱਸ ਯਾਰ, ਨੀਂਦ 'ਚ ਕਮਲਾ ਹੀ ਹੋ ਜਾਂਦਾ। ਯਾਰ ਸ਼ੇਰੂ ਮੈਂ ਹੈਪੀ ਹਾਂ, ਹੈਪੀ। ਯਾਰ ਖੜਾ ਹੋਇਆ ਤਾਂ ਨਹੀਂ ਬੰਦਾ ਬਣ ਗਏ ਸ਼ੇਰੂ? ਭਾਜੀ ਸੌ ਲੈਣ ਦੋ ਹੈਂ। ਯਾਰ ਆ ਕੋਈ ਟਾਈਮ ਹੈ ਸੌਣ ਦਾ? ਇਸ ਟਾਈਮ ਕੌਣ ਸੌਂਦਾ? ਭਾਜੀ ਕੁੱਤੇ ਸੌਂਦੇ ਆ, ਆ ਜਾਓ ਤੁਸੀਂ ਵੀ ਸੌਂ ਜਾਓ ਹੈਂ। ਸਾਲਾ ਮੈਨੂੰ ਆਪਣੇ ਨਾਲ ਮਿਲਾਈ ਜਾਂਦਾ। ਥੈਂਕਸ ਫਾਰ ਵਾਚਿੰਗ। ਇਸ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਤੇ ਕਮੈਂਟ ਕਰਨਾ ਨਾ ਭੁੱਲਿਓ ਹੈਂ।